ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੇ ਦੇਸ਼ 'ਚ ਸਾਰੀਆਂ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਜ਼ੋਰਾਂ 'ਤੇ ਹੈ ਅਤੇ ਸਾਰੇ ਹੀ ਉਮੀਦਵਾਰ ਜਿੱਤ ਲਈ ਚੋਣ ਮੈਦਾਨ 'ਚ ਉਤਰੇ ਨੇ। ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੀ ਜਿੱਤ ਲਈ SOI ਅਤੇ ਯੂਥ ਅਕਾਲੀ ਦਲ ਨੇ ਲੁਧਿਆਣਾ ਦੇ ਸਾਰੇ ਹਲਕਾ ਵਾਈਜ਼, ਵਾਰਡ ਵਾਈਜ਼ ਪ੍ਰਧਾਨਾਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਜਿੱਤ ਦਿਲਾਉਣ ਲਈ ਆਉਣ ਵਾਲੇ ਦਿਨਾਂ 'ਚ ਜ਼ੋਰਦਾਰ ਪ੍ਰਚਾਰ ਕਰਨ ਲਈ ਟਾਈਮ ਟੇਬਲ ਬਣਾਇਆ ਗਿਆ। ਮਹਿੰਦਰ ਸਿੰਘ ਬਰਾੜ ਸਾਹਿਬ ਅਤੇ ਮਹੇਸ਼ਇੰਦਰ ਗਰੇਵਾਲ ਸਾਹਿਬ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਈ ਹੈ ਜਿਹੜੀ ਗਰੇਵਾਲ ਸਾਹਿਬ ਨੇ ਜਿਹੜੀ ਸਾਰੀ ਲੁਧਿਆਣੇ ਦੀ ਯੂਥ ਹੈ ਪੱਬਾਂ ਭਾਰ ਵੀ ਪਈ ਇਸ ਕਰਕੇ ਹੋਈ ਪਈ ਹੈ ਕਿਉਂਕਿ 10 ਸਾਲ ਤੋਂ ਕਾਂਗਰਸ ਨੇ ਜੋ ਲੁਧਿਆਣੇ ਦਾ ਬੇੜਾ ਗਰਕ ਕੀਤਾ, ਕੋਈ ਪ੍ਰੋਜੈਕਟ ਨਹੀਂ ਲਿਆਂਦਾ, ਵੱਡੇ ਵੱਡੇ ਦਾਅਵੇ ਕੀਤੇ ਆ ਅਤੇ ਦੂਜੇ ਪਾਸੇ ਉਹ ਜਿਹੜੇ ਆਜ਼ਾਦ ਹੀ ਤੁਰੇ ਫਿਰਦੇ ਜਿਨ੍ਹਾਂ ਦਾ ਕੋਈ ਵਜੂਦ ਨਹੀਂ, ਅੱਜ ਲੋਕਾਂ ਨੂੰ ਸੱਚਾਈਆਂ ਪਤਾ ਲੱਗ ਚੁੱਕੀਆਂ। ਮੈਂ ਸਮਝਦਾ ਕਿ ਅੱਜ ਸਮੁੱਚੇ ਲੁਧਿਆਣੇ ਦੇ ਵਿੱਚ ਸਮੁੱਚੇ ਲੁਧਿਆਣੇ ਵਾਸੀ ਇੱਕੋ ਇੱਕ ਧਈਆ ਕਰਕੇ ਬੈਠੇ ਹੋਏ ਆ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਸਾਹਿਬ ਨੂੰ, ਅਕਾਲੀ ਦਲ ਨੂੰ, ਭਾਰਤੀ ਜਨਤਾ ਪਾਰਟੀ ਜਿਤਾਉਣਾ ਜਿੱਥੇ ਦੇਸ਼ ਮੌਜੂਦ ਦੂਰ ਕਰਨਾ ਉੱਥੇ ਨਾਲ ਨਾਲ ਲੁਧਿਆਣੇ ਦੀਆਂ ਸਮੱਸਿਆ ਨੂੰ ਦੂਰ ਕਰਨ ਵਾਸਤੇ ਗਰੇਵਾਲ ਸਾਹਿਬ ਨੂੰ ਜਿਤਾਉਣਾ ਬਹੁਤ ਜ਼ਰੂਰੀ ਕਿਉਂਕਿ ਉਹ ਪੜ੍ਹੇ ਲਿਖੇ ਸੂਝਵਾਨ ਰੋਸ਼ਨ ਦਿਮਾਗ ਕਹੇ ਜਾਂਦੇ ਅਤੇ ਮੈਂ ਸਮਝਦਾ ਆਉਣ ਵਾਲੇ ਟਾਈਮ ਦੇ ਵਿੱਚ ਨੌਜਵਾਨ ਇਸ ਵਿੱਚ ਬੜੀ ਵੱਡੀ ਭੂਮਿਕਾ ਨਿਭਾਈ। ਅੱਜ ਅਸੀਂ ਯੂਥ ਅਕਾਲੀ ਦਲ ਦੀ ਮੀਟਿੰਗ ਰੱਖੀ ਹੈ, ਸਾਰੇ ਸ਼ਹਿਰ ਦੀ, ਦਿਹਾਤ ਦੀ, ਹਲਕੇ ਵਾਈਜ਼ ਰੱਖੀ ਹੈ ਅਤੇ ਡਿਊਟੀਆਂ ਲਾ ਰਹੇ ਹਾਂ ਆਉਣ ਵਾਲੀ ਪਾਰਲੀਮੈਂਟ ਇਲੈਕਸ਼ਨ ਦੀ। ਬਿਊਰੋ ਰਿਪੋਰਟ, ਲੁਧਿਆਣਾ ਵਿਊ।